लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। लोग जाने ही गीत है, लोग जाने ही गीत है। पाप नॉन पाशा के स्पष्ट कर दे रहे कि भावें किन्नियां भी ताकतां हो जाण साडे कोल, पर तूं ना दिसे सानूं। तू साडे उत्ते कृपा कर, साडा चेते विच साडी चेतनता विच हमेशा रहि, असीं तूं सिमरदे रहिए। यह गल मैं अपने गुरु तों पुछ के वेखी, मैं अपना गुरु पुछ देखिया, अवर ना ही तप इस सुख का होर कोई ना नहीं। यह गल मैं अपने गुरु पुछ के वेखी। पहली गल पुछण दी कीती गुरु नानक पातशाह ने, श्री रख रब गया, क्योंकि असीं पुछा लैंदे, असीं जाणे ना पुछण ਜਿਹਨੂੰ ਆਹ ਦੁੱਖ ਹੈ, ਜਿਹਨੂੰ ਉਹ ਦੁੱਖ ਹੈ, ਜੀ ਅਸੀਂ ਪੁੱਛਿਆ ਲੈਂਦੇ ਹਾਂ ਹੋਰਾਂ ਕੋਲ ਜਾ ਕੇ, ਪਰ ਕਦੇ ਆਪਣੇ ਗੁਰੂ ਨੂੰ ਵੀ ਪੁੱਛਿਆ ਕਿ ਸੁੱਖ ਦਾ ਅਸਲੀ ਟਿਕਾਣਾ ਕਿੱਥੇ ਹੈ? ਜਿਸ ਰਸਤੇ ਆਪਣੇ ਗੁਰੂ ਨੂੰ ਪੁੱਛਿਆ, ਜਿਸ ਰਸਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਤਾਂ ਸਾਨੂੰ ਉਹ ਚੀਜ਼ ਸਮਝ ਆਉਣੀ ਸ਼ੁਰੂ ਹੋ ਜਾਏਗੀ। ਸ੍ਰੀ ਰਾਗ ਮਹਲਾ ਪਹਿਲਾ, ਕੋਟ ਕੋਟੀ ਮੇਰੀ ਪਵਣ ਪੀਣ ਪਿਆਓ, ਚੰਦ ਸੂਰਜ ਦੋਏ ਕੁਪੈ ਨਾ ਦੇਖਾ, ਸੁਪਨੇ ਸੌਣ ਨਾ ਪਾਓ, ਪੀਤੇ ਦੀ ਕੀਮਤ ਨਾ ਪਵੈ, ਸੱਚਾ ਨਿਰੰਕਾਰ ਨਿਖਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ, ਵਹਾਓ ਉਸਾ ਕਟੀਆਂ ਵਾਰ ਵਾਰ, ਪੀਸਣ ਪੀਸਾਂ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਵੀ ਤੇਰੀ ਕੀਮਤ ਨਾ ਪਵੈ, ਕੇਵਲ ਆਖਾਂ ਨਾਓਂ ਪੰਕੀ ਹੋਏ ਕਹਿ ਜੇ ਭਵਾਂ, ਸਹਿ ਸਵਾਨੀ ਜਾਓ, ਨਦਰੀ ਕਿਸੇ ਨਾ ਆਵੋ, ਨਾ ਕਿਛੁ ਪੀਆ ਨਾ ਖਾਓ, ਤੇਰੀ ਕੀਮਤ ਨਾ ਪਵੈ, ਕੇਵਲ ਆਖਾਂ ਨਾਓਂ। ਨਾਨਕ ਕਾਗਦ ਲਖਮਣ, ਪੜ ਪੜ ਕੀਚੈ ਭਾਓ, ਮੱਸੂ ਟੋਟ ਨਾ ਆਵਈ, ਦੇਖਣ ਪਾਉਣ ਚਲਾਓ, ਤੇਰੀ ਕੀਮਤ ਨਾ ਪਵੈ, ਕੇਵਲ ਆਖਾਂ ਨਾਓਂ। ਪਰਮਾਤਮਾ ਦੀ ਪ੍ਰਾਪਤੀ ਲਈ ਮਨੁੱਖ ਨੇ ਬੜੇ ਯਤਨ ਕੀਤੇ, ਉਸਦੇ ਨਾਮ ਨੂੰ ਕਹਿਣ ਲਈ, ਉਸਦੇ ਨਾਮ ਦੀ ਵਡਿਆਈ ਨੂੰ ਜਾਣਨ ਲਈ। ਵੱਡੀ ਉਮਰ ਹੋਣੀ, ਜਪੀ ਸਾਹਿਬ ਮਹਾਰਾਜ ਸਪਸ਼ਟ ਕਰ ਆਏ ਕਿ ਜੇ ਜੁੜੀ ਤਾਰੇ ਆਜਾ ਹੋਰ ਦਸੂਣੀ ਹੋਏ, ਨਵਾਂ ਕੁੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਹੋਏ, ਚੰਗਾ ਨੌਂ ਖਾਏ ਕਹਿ ਦਸ ਕੀਰ ਤੱਕ ਲੇ, ਜੇ ਇਸ ਨਦਰ ਨਾ ਆ ਰਹੀ ਆਵਾਜ਼ ਨਾ ਪੁੱਛੇ। ਹੁਣ ਇੱਥੇ ਪਾਤਸ਼ਾਹ ਨੇ ਸੱਚਾ ਨਿਰੰਕਾਰ ਨਿਖਾਏ ਰਹਾ, ਉਹਦੀ ਪੰਕਤੀ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ ਆਪਣੇ ਨਿੱਜ ਸਥਾਨ ਵਿੱਚ ਹਮੇਸ਼ਾ ਸਥਿਰ ਹੈ, ਉਹ ਨਾ ਵੱਧ ਹੈ ਨਾ ਘੱਟ ਹੈ, ਨਾ ਵੱਧ ਹੈ ਨਾ ਘੱਟ ਹੈ, ਨਾ ਘਾਟ ਵਾਦ ਹੋਰ ਹੈ, ਉਹਦੇ ਵਿੱਚ ਕੁਝ ਨਹੀਂ ਹੋ ਸਕਦਾ। ਨਾ ਸਾਡੇ ਕਹਿਣ ਨਾਲ ਵੱਡਾ ਹੁੰਦਾ ਹੈ, ਨਾ ਹੀ ਨਾ ਕਹਿਣ ਨਾਲ ਛੋਟਾ ਹੁੰਦਾ।
ਸਾਚਾ ਅਹੰਕਾਰ ਦਿਖਾਏ ਸੁਣ ਸੁਣ ਆਖਣ ਆਖਣਾ ਸੁਣ ਸੁਣ ਕੇ ਕਹਿੰਦੇ ਹਾਂ ਬੱਚਾ ਕਦੇ ਸੁਣ ਸੁਣ ਆਖਣ ਆਖਣਾ ਜਿਹੋ ਜਿਹਾ ਉਹਦਾ ਗਿਆਨ ਹੈ ਉਹ ਆਪ ਹੈ ਜੇ ਭਾਵ ਹੈ ਕਰੇ ਤੁਮਾਏ ਜੇ ਕਿਤੇ ਉਹ ਭਾ ਜਾਏ ਉਹਨੂੰ ਚੰਗਾ ਲੱਗੀ ਅਸੀਂ ਤਾਂ ਸਾਡੇ ਅੰਦਰ ਤਮਾਏ ਸਾਡੇ ਅੰਦਰ ਉਹ ਤਾਂਘ ਪੈਦਾ ਕਰਦਾ ਉਹ ਸਾਡੇ ਅੰਦਰ ਤਾਂਘ ਪੈਦਾ ਕਰਦਾ ਹੈ ਉਹਨੂੰ ਜਾਣਨ ਦੀ ਜਦ ਤੱਕ ਤਾਂਘ ਨਹੀਂ ਕਿਸੇ ਚੀਜ਼ ਦੀ ਜਦ ਤੱਕ ਉਡੀਕ ਨਹੀਂ ਹੈ ਕਿਸੇ ਚੀਜ਼ ਦੀ ਉਦਾਹਰਣ ਦੀ ਤੁਹਾਨੂੰ ਪਿਆਸ ਨਹੀਂ ਲੱਗਦੀ ਪਾਣੀ ਦੀ ਕੀ ਵੈਲਿਊ ਸਭ ਤੋਂ ਔਖਾ ਕੰਮ ਜ਼ਿੰਦਗੀ ਦਾ ਉਡੀਕ ਕਰਨੀ ਅਸੀਂ ਉਡੀਕਦੇ ਨਹੀਂ ਜਿਸ ਦਿਨ ਇਹ ਤਾਂਘ ਪੈਦਾ ਹੋ ਗਈ ਉਸ ਮਾਲਕ ਦੇ ਦਰਸ਼ਨਾਂ ਦੀ ਇਹ ਅੱਖਾਂ ਉਹਨੂੰ ਉਡੀਕਣਾ ਸ਼ੁਰੂ ਕਰ ਦੇਣ ਇੱਥੇ ਉਹ ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕਰਦੇ ਨੇ ਸ੍ਰੀ ਰਾਮ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਇਹਨੇ ਕਰੋੜਾਂ ਸਾਲ ਦੀ ਆਰਜਾ ਉਮਰ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਹਵਾ ਮੇਰਾ ਖਾਣਾ ਪੀਣਾ ਹੋ ਜਾਏ ਇੰਨੀ ਉਮਰ ਹੋ ਜਾਏ ਕਿ ਆਪਾਂ ਬੰਦਾ ਕਹੀਏ ਤਾਂ ਕੋਈ ਖਾਂਦਾ ਪੀਂਦਾ ਨਹੀਂ ਪੌਣ ਹਾਰੀਏ ਲੰਬੀ ਉਮਰ ਹੈ ਬਹੁਤ 200 ਸਾਲ ਦੀ 400 ਸਾਲ ਦੀ 500 ਸਾਲ ਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਸਿੱਧਾ ਨੂੰ ਮਿਲੇ ਸਿੱਧ ਗੁਰੂ ਨਾਨਕ ਪਾਤਸ਼ਾਹ ਨੂੰ ਬਾਲਾ ਕਹਿੰਦੇ ਨੇ ਉਦੋਂ ਗੁਰੂ ਨਾਨਕ ਪਾਤਸ਼ਾਹ ਦੀ ਉਮਰ 33 ਸਾਲ ਦੀ ਸੀ ਸਾਰੀ ਅਤੇ ਉਹਨਾਂ ਦੀਆਂ ਉਮਰਾਂ ਕਿਹੜੀ 500 ਸਾਲ ਦੀ ਹੋਈ 700 ਸਾਲ ਇੱਥੇ ਉਹ ਕਹਿੰਦੇ ਭਾਵੇਂ ਇੰਨੀ ਉਮਰ ਹੋ ਜਾਏ ਬੰਦੇ ਦੀ 100 ਸਾਲ ਦੀ ਉਹਦਾ ਖਾਣਾ ਪੀਣਾ ਹਵਾ ਹੋਵੇ ਪਵਨ ਪੀਣ ਪਿਆ ਚੰਦ ਸੂਰਜ ਦੋਏ ਗੁਫੇ ਦਾ ਦੇਖਾਂ ਸੁਪਨੇ ਸੌਣ ਨਾ ਥਾਓ ਮੈਂ ਨਾ ਚੰਦ ਨਾ ਸੂਰਜ ਭਾਵ ਦਿਨ ਰਾਤ ਗੁਫਾ ਵਿੱਚ ਬੈਠ ਕੇ ਇੱਕ ਰਾਤ ਤੱਕ ਮੋਟੇ ਤਾੜੀ ਲਾ ਕੇ ਸਮਾਧੀ ਲਾ ਕੇ ਬੈਠਾ ਰਵਾਂ ਮੈਨੂੰ ਸੁਪਨੇ ਵਿੱਚ ਵੀ ਸੌਣਾ ਨਾ ਮਿਲੇ ਭਾਵ ਜਾਗ ਕੇ ਇੰਨੀ ਉਮਰ ਮੈਂ ਜਾਗ ਕੇ ਸਿਮਰਨ ਕਰਦਾ ਹੋਇਆ ਗੁਫਾ ਵਿੱਚ ਬੈਠ ਕੇ ਤੇਰੇ ਨਾਮ ਨੂੰ ਰਾਧਾ ਹੋਇਆ ਲੋਕ ਕਹਿਣ ਕਿ ਇਹ ਇੰਨੇ ਸਿਰ ਤੋਂ ਇੱਥੇ ਬੈਠਾ ਹੈ ਨਾ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਹੈ ਕੀ ਤੇਰੀ ਕੀਮਤ ਨਾ ਪਵੇ ਕਿਵੇਂ ਨਹੀਂ ਪੈ ਸਕਦੀ ਫਿਰ ਵੀ ਤੇਰੀ ਕੀਮਤ ਤੇਰੀ ਕੀਮਤ ਇੰਨਾ ਕੁਝ ਕਰਨ ਨਾਲ ਵੀ ਨਹੀਂ ਪੈ ਸਕਦੀ ਵੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਾ ਨਾਮ ਕਹਿੰਦੇ ਮੈਂ ਤੇਰਾ ਨਾਮ ਕਿਵੇਂ ਬਿਆਨ ਕਰਾਂ ਕਿੱਡਾ ਵੱਡਾ ਹੈ ਸੱਚਾ ਅਹੰਕਾਰ ਨਿਖਾਏ ਇਹ ਪ੍ਰਭੂ ਤੁਸੀਂ ਸੱਚੇ ਹੋ ਨਿਰੰਕਾਰ ਹੋ ਤੁਹਾਡਾ ਆਕਾਰ ਕੋਈ ਨਹੀਂ ਪਰ ਆਪਣੀ ਉਸ ਸਥਿਰਤਾ ਵਿੱਚ ਰਹਿੰਦੇ ਹੋ ਹਮੇਸ਼ਾ ਕਾਇਮ ਕਾਇਮ ਹੋ ਸੁਣ ਸੁਣ ਆਖਣ ਆਖਣਾ ਹਾਂ ਸੁਣ ਸੁਣ ਕੇ ਆਖਦੇ ਬੋਲਦੇ ਹਾਂ ਕਦੋਂ ਸਿਮਰਦੇ ਹਾਂ ਜੇ ਭਾਵ ਹੈ ਜਿਸ ਨੂੰ ਭਾ ਜਾਈਏ ਕਰੇ ਤਮਾਓ ਤਾਂ ਸਾਡੇ ਅੰਦਰ ਤੰਗ ਪੈਦਾ ਕਰਦਾ ਜੇ ਉਹਨੂੰ ਭਾ ਗਏ ਨਾ ਸੀ ਤਾਂ ਸਾਡੇ ਅੰਦਰ ਉਹ ਤੰਗ ਪੈਦਾ ਕਰਦਾ ਮਨ ਚਾਓ ਪਿਆ ਪ੍ਰਭ ਅਗੰਮ ਸੁਣਿਆ ਜਿਹੜੀ ਅਵਸਥਾ ਹੈ ਨਾ ਉਹ ਮਨ ਦੇ ਵਿੱਚ ਚਾਅ ਪੈਦਾ ਕਰਦਾ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਰ ਚਾਓ ਉਹ ਅਵਸਥਾ ਪੈਦਾ ਕਰ ਦਿੰਦਾ ਜੇ ਤੂੰ ਭਾ ਜਾਈ ਤਾਂ ਜੇ ਤਿਸ ਭਾਵ ਹੈ ਜੇ ਭਾਵ ਹੈ ਕਰੇ ਤਮਾਮ ਰਹਾਓ ਕੁੱਸਾਂ ਕੱਟੀਆਂ ਵਾਰ ਵਾਰ ਅਗਲੀ ਗੱਲ ਮਨ ਫਿਰ ਕਰਦੇ ਨੇ ਕੁੱਸਾਂ ਕੱਟੀਆਂ ਵਾਰ ਵਾਰ ਆਪਣੇ ਆਪ ਨੂੰ ਦੁਖੀ ਕਰ ਲੈਣਾ ਆਪਣੇ ਆਪ ਨੂੰ ਖੋ ਲੈਣਾ ਲੋਕ ਦੇ ਜੋਗੀ ਲੋਕ ਨੇ ਉਹ ਆਪਣੇ ਆਪ ਨੂੰ ਤਕਲੀਫ਼ ਦਿੰਦੇ ਨੇ ਸਰੀਰ ਨੂੰ ਕੋਈ ਪੁੱਠਾ ਲੱਭ ਰਿਹਾ ਕੋਈ ਮਾਰ ਰਿਹਾ ਆਪਣੀ ਪਿੱਠ ਦੇ ਉੱਤੇ ਕੋਈ ਕੱਟ ਰਿਹਾ ਖੂਨ ਵਗਾ ਰਿਹਾ ਦੇਖਦੇ ਹਾਂ ਆਪਾਂ ਕਈ ਵਾਰੀ ਮੇਲਿਆਂ ਵਿੱਚ ਜਿਹੜੇ ਪ੍ਰਭੂ ਦਾ ਮੇਲਾ ਉਹਨਾਂ ਵਿੱਚ ਦੇਖਦੇ ਹਾਂ ਚੀਜ਼ਾਂ ਸ਼ਹਿਰ ਸਮੇਂ ਦੇ ਨਾਲ ਪਰਮਾਤਮਾ ਮਿਲ ਕੇ ਅਸੀਂ ਲੋਕ ਤਸੀਹ ਜਾਂਦੇ ਹਾਂ ਕਿ ਆਪਣੇ ਸਰੀਰ ਨੂੰ ਦੁੱਖ ਦੇ ਰਿਹਾ ਮਾਰੇ ਕਿਤੇ ਭਾਵੇਂ ਕੋਈ ਕੁੱਸਾਂ ਕੱਟੀਆਂ ਵਾਰ 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 ਆਪਣੇ ਆਪ ਨੂੰ ਕੁੱਟਦਾ ਕੱਟਿਆ ਜਾਵਾਂ ਪੀਸਣ ਪੀਸਾ ਪਾਏ ਆਪਣੇ ਆਪ ਨੂੰ ਪੀ ਦੇਵਾਂ ਅੱਗੀ ਸੇਤੀ ਜਾਲੀਆਂ ਅੱਗ ਨਾਲ ਫੂਕਦੇ ਹਾਂ ਭਸਮ ਸੇਤੀ ਨਾਲ ਜਾਓ ਭਾਵੇਂ ਸਵਾਹ ਵਿੱਚ ਮਿਲ ਜਾਵਾਂ ਪੀ ਤੇਰੀ ਕੀਮਤ ਨਾ ਪਵੇ ਤੇਰੀ ਕੀਮਤ ਨਹੀਂ ਪੈ ਸਕਦੀ ਭਾਵ ਇਹੋ ਜਿਹੇ ਕਰਮ ਕਾਂਡਾਂ ਨਾਲ ਤੇਰੀ ਕੋਈ ਕੀਮਤ ਨਹੀਂ ਪਾ ਸਕਦਾ ਹੋ ਕੇਵਲੇ ਆਖਾਂ ਨਾਲੋਂ
ਤੇ ਤੀਜਾ ਪਦ ਮਾਰਾ ਸ਼ੁਰੂ ਕਰਦੇ ਨੇ ਪੰਖੀ ਹੋਏ ਕਹਿ ਜੇ ਭਵਾਂ ਕਹਿੰਦੇ ਭਾਵੇਂ ਮੈਂ ਪੰਛੀ ਹੋ ਜਾਵਾਂ ਆਕਾਸ਼ ਉੱਡ ਜਾਵਾਂ ਸਹਿ ਸਮਾਨੀ ਜਾਓ ਸਹਿ ਸਮਾਨੀ ਪਵ ਦੂਰ ਸਹਿ ਖੋ ਚਲਾ ਜਾਵਾਂ ਨਦਰੀ ਕਿਸੇ ਨਾ ਆਵਾਂ ਮੈਂ ਕਿਸੇ ਨੂੰ ਨਜ਼ਰ ਨਾ ਆਵਾਂ ਨਾ ਕਿਸ ਯਾ ਨਾ ਖਾਓ ਨਾ ਮੈਂ ਕੁਝ ਖਾਵਾਂ ਨਾ ਮੈਂ ਕੁਝ ਪੀਵਾਂ ਧੀ ਤੇਰੀ ਕੀਮਤ ਨਾ ਪਵੇ ਹੈ ਚੀਵੜੇ ਆਖਾ ਨਾ ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ ਭਾਵ ਯੋਗੀਆਂ ਦੇ ਜਿਹੜੇ ਇਹ ਯੋਗ ਸਾਧਨ ਸਨ ਜਿਹੜੀਆਂ ਰਿਧੀਆਂ ਸਿੱਧੀਆਂ ਸਨ ਉਹਨਾਂ ਨਾਲ ਪਰਮਾਤਮਾ ਦੀ ਕੀਮਤ ਨਹੀਂ ਪੈ ਸਕਦੀ ਰਿਧ ਸਿੱਧ ਨਾਮ ਹੈ ਕੀ ਦਾਸੀ ਨਾਨਕ ਕਾਗਜ਼ ਲੱਖ ਮਣਾ ਅਗਲੀ ਗੱਲ ਜਵਾਨ ਲੋਕਾਂ ਦੀ ਕਰਦੇ ਨੇ ਕਹਿੰਦੇ ਭਾਵੇਂ ਲੱਖ ਮਣ ਕਾਗਜ਼ ਲੈ ਆਈਏ ਪੜ੍ਹ ਪੜ੍ਹ ਕੀਚੈ ਭਾਓ ਭਾਵ ਮੈਂ ਪੜ੍ਹ ਪੜ੍ਹ ਕੇ ਲਿਖਤਾ ਲਿਖਾਂ ਮੱਸੂ ਤੋੜਨਾ ਆਵੇ ਲੇਖਣ ਪਾਉਣ ਚਲਾਓ ਮੱਸੂ ਕਹਿੰਦੇ ਨੇ ਸਿਆਹੀ ਨੂੰ ਸਿਆਹੀ ਦੀ ਘਾਟ ਨਾ ਪਵੇ ਤੇ ਹਵਾ ਵਾਂਗੂ ਲਿਖਾਂ ਇੰਨੀ ਤੇਜ ਲਿਖਾਂ ਸਿਧਾਂਤਾਂ ਨੂੰ ਮੱਸੂ ਤੋੜਨਾ ਆਵੇ ਲੇਖਣ ਪਾਉਣ ਚਲਾਓ ਧੀ ਤੇਰੀ ਕੀਮਤ ਨਾ ਪਵੈ ਹਾਂ ਕੇਵੜੇ ਆਖਾ ਨਾਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਵੀ ਤੇਰੀ ਇਹ ਕੀਮਤ ਨਹੀਂ ਪੈ ਸਕਦੀ ਕਿਉਂਕਿ ਉਹ ਸੱਚਾ ਵਾਹਿਗੁਰੂ ਕਾਰਪੁਰਖ ਆਪਣੇ ਨਿੱਜ ਸਰੂਪ ਵਿੱਚ ਸਥਿਰ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਸੁਣ ਸੁਣ ਕੇ ਕਹਿੰਦੇ ਹਾਂ ਸੁਣਿਆ ਦੀਆਂ ਤੇ ਮੰਨਿਆ ਦੀਆਂ ਜਪਜੀ ਸਾਹਿਬ ਵਿੱਚ ਅਸੀਂ ਰੋਜ਼ ਚਾਰ ਚਾਰ ਪੌੜੀਆਂ ਪੜ੍ਹਦੇ ਹਾਂ ਜਿਨ੍ਹਾਂ ਨੇ ਸੁਣਿਆ ਮੰਨਿਆ ਉੱਥੇ ਉੱਥੇ ਗੱਲ ਆਉਂਦੀ ਵਾਰ ਵਾਰ ਫਿਰ ਸੁਣਿਆ ਮੰਨਿਆ ਮਨ ਕੀਤਾ ਭਾਵੋ ਜਿਨ੍ਹਾਂ ਅੰਦਰ ਪ੍ਰੇਮ ਪੈਦਾ ਹੋ ਗਿਆ ਉਹਨਾਂ ਨੇ ਸਹੀ ਮਨ ਆਪਣੇ ਤੀਰਥ ਦਾ ਇਸ਼ਨਾਨ ਕੀਤਾ ਹੈ ਇੱਥੇ ਵੀ ਮਾਰੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਤੂੰ ਕਿਤੇ ਕਿਰਪਾ ਕਰ ਦੇ ਤੈਨੂੰ ਭਾ ਜਾਏ ਠੀਕ ਹੈ ਜੇ ਭਾਵ ਹੈ ਕਰੇ ਤਮਾਏ ਜੇ ਤੈਨੂੰ ਭਾ ਜਾਏ ਤਾਂ ਇਹ ਤਮਾਏ ਸਾਡੇ ਅੰਦਰ ਤਾਂ ਪੈਦਾ ਹੁੰਦੀ ਇਸ ਕਰਕੇ ਤੈਨੂੰ ਭਾ ਜਾਣਾ ਹੀ ਤੇਰੇ ਭਾਣੇ ਵਿੱਚ ਰਹਿਣਾ ਹੀ ਤੇਰੇ ਦਰਦ ਡਿੱਗ ਪੈਣਾ ਹੀ ਸਹੀ ਮਨੇ ਵਿੱਚ ਤੇਰੀ ਪ੍ਰਾਪਤੀ ਹੈ ਤੇ ਜੇ ਅਸੀਂ ਆਪਣੇ ਕਰਮ ਕਾਂਡਾਂ ਵਿੱਚ ਪੈ ਕੇ ਕਰਮ ਕਰਨ ਨੂੰ ਕਿਹਾ ਮਹਾਰਾਜ ਨੇ ਸਾਨੂੰ ਕਾਂਡ ਕਰਨ ਨੂੰ ਨਹੀਂ ਕਿਹਾ ਕਾਂਡ ਨਾ ਕਰ ਕਰਮ ਕਰ ਇਹ ਬਾਣੀ ਵਿੱਚ ਬੜੇ ਸੂਖਮ ਸਿਧਾਂਤ ਨੇ ਛੋਟੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਇਹ ਸੰਸਾਰ ਨਾਲ ਮੋਹ ਨਾ ਪਾ ਪ੍ਰੇਮ ਕਰ ਇਹ ਸੰਸਾਰ ਵਿੱਚ ਕਿਰਤ ਕਰ ਧੰਦੇ ਦਾ ਕਰ ਬਸ ਇਸ ਗੱਲ ਨੂੰ ਜਦੋਂ ਅਸੀਂ ਬਾਣੀ ਦੁਆਰਾ ਸਮਝਣਾ ਸ਼ੁਰੂ ਕੀਤਾ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਉਦੋਂ ਸਾਨੂੰ ਇਹ ਬਾਣੀ ਦੇ ਸਿਧਾਂਤ ਨੇ ਜਿਹੜੇ ਉਹ ਸਮਝਣੇ ਸ਼ੁਰੂ ਹੋ ਜਾਵਾਂਗੇ ਤੇ ਉਹ ਤਾਂ ਹੋਵਾਂਗੇ ਜੇ ਕਿਤੇ ਉਹ ਆਪ ਸਾਡੇ ਅੰਦਰ ਤੰਗ ਪੈਦਾ ਕਰੇਗਾ ਇੱਥੇ ਪਹਿਲੀ ਗੱਲ ਮਹਾਰਾਜ ਸ਼ੁਰੂ ਕੀਤੀ ਕਿ ਜੇ ਤੂੰ ਤੰਗ ਪੈਦਾ ਕਰਦਾ ਹੈ ਕਿਸੇ ਸਾਡੇ ਅੰਦਰ ਇਹ ਜਾਣਨ ਦੀ ਇੱਛਾ ਪੈਦਾ ਹੋ ਜਾਏ ਤਾਂ ਅਸੀਂ ਤੇਰੀ ਇਸ ਨਾਲ ਇਸ ਅਕਥ ਕਥਾ ਨੂੰ ਤੇਰੇ ਇਸ ਨਾਮ ਨੂੰ ਤਾਂ ਅਸੀਂ ਜਾਣ ਸਕਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ।